ਯੂਐਸਐਸ ਹੋਣ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਨ ਵਾਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਚ ਮਹਾਰਾਜ ਕਨਵੀਰ ਸਿੰਘ ਜੋੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਐਨ ਨੂੰ ਪੰਜਾਬੀ ਜਿਹੜੀ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹਾਂ ਸੁਣ ਰਹੇ ਹਾਂ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ ਅੱਜ 2 ਅਪ੍ਰੈਲ ਦੀ 2 ਤਰੀਕਾ ਦਿਨ ਮੰਗਲਵਾਰ ਆ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਸੀਜ਼ਨ ਸੀਜ਼ਨ ਨਾਲ ਕੋਲਨ ਹਾਰਟ ਇਟਰੀਕਲ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 ਟੇਕ ਇਨ ਇਮੀਗ੍ਰੇਸ਼ਨ ਆਫਰ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਾਰਨੀ ਜੇ ਟੈਕ ਜਨਾ 415 909 0503 ਗੁਰਬਚ

ਆਰਿਆ ohio kentucky tennessee area ਦੇ ਵਿੱਚ ਉਹ millions of ਲੋਕਾਂ ਨੂੰ ਅਫੈਕਟ ਕਰ ਰਿਹਾ ਹੈਗਾ ਤੇ ਕਾਫੀ ਜ਼ਿਆਦਾ ਜਿਹੜਾ ਡੈਮੇਜ ਆ ohio ਤੇ tennessee valley ਦੇ ਵਿੱਚ ਹੋਇਆ ਆ ਲੋਕਾਂ ਦੀਆਂ ਛੱਤਾਂ ਜਿਹੜੀਆਂ ਆ ਘਰਾਂ ਦੀਆਂ ਕਈਆਂ ਦੀਆਂ ਡਿੱਗ ਗਈਆਂ ਹੈਗੀਆਂ ਹਾਰਡੇਸਟ ਜਿਹੜਾ ਆ ਸਟਾਰਮ ਨੇ ਹਿੱਟ ਕਰਨਾ ਸਭ ਤੋਂ ਸਖਤ ਉਹ ਹਾਇਓ ਤੇ ਕੰਟਕਕੀ ਦੇ ਵਿੱਚ ਹੈਗਾ ਆ ਸੋ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸੰਜੀਆਂ ਕਰ ਰਹੇ ਆ ਇਸ ਟਾਈਮ ਉਹ ਸਾਰਾ ਜਿਹੜਾ ਏਰੀਆ ਆ ਉੱਥੇ ਲੈਵਲ 4 ਤੱਕ ਦਾ ਜਿਹੜਾ ਸਟਾਰਮ ਆ ਉਹ ਆਇਆ ਹੋਇਆ ਹੈਗਾ ਟੋਰਨਾਡੋ ਵਾਰਚ ਕੁਝ ਸੈਂਟਰਲ ਕੰਟਕਕੀ ਟੈਨੇਸੀ ਤੇ ਨੈਚੂਰਲ ਏਰੀਆ ਦੇ ਵਿੱਚ ਡਿਕਲੇਅਰ ਕੀਤੀ ਹੋਈ ਹੈਗੀ ਜੀ ਅਗਲੀ ਗੱਲ ਕਰਦੇ ਜਾਈਏ ਤਾਂ ਅੱਜ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਜਿਹੜੀ ਚੱਲ ਰਹੀ ਸੀ ਫੌਂਟੈਨਾ ਪੁਲਿਸ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਆ ਜਿੱਥੇ ਟੀਨੇਜ ਗਰਲ ਜੋ ਕਿ ਆਪਣੇ ਹੀ ਪਿਓ ਦੇ ਦੁਆਰਾ ਕਿਡਨਾਪ ਕੀਤੀ ਗਈ ਸੀ ਆ ਫਾਲੋ ਕਰ ਰਹੀ ਸੀ ਸ਼ੈਰਫ ਡੈਪਟੀ ਦੀ ਇਨਸਟਰਕਸ਼ਨ ਦੇ ਦੀਆਂ ਇਨਸਟਰਕਸ਼ਨਸ ਦੇ ਵੱਲ ਨੂੰ ਜਿੱਦਾਂ ਉਹ ਕਹਿ ਰਹੇ ਸੀ ਆਪਣੇ ਆਪ ਨੂੰ ਸਰੈਂਡਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸੇ ਦੌਰਾਨ ਡੈਪਟੀ ਦੀ ਗੋਲੀਆਂ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਆ ਸਦਰਨ ਕੈਲੀਫੋਰਨੀਆ ਦੇ ਹਾਈਵੇ ਦੇ ਉੱਤੇ ਇਹ ਘਟਨਾ ਵਾਪਰਦੀ ਆ 27 ਸਤੰਬਰ 2022 ਦੀ ਘਟਨਾ ਆ ਸਵਾਨਾ ਗਰਜ਼ੀਆਨੋ 15 ਸਾਲਾਂ ਦੀ ਸੀ ਆ ਉਸ ਟਾਈਮ ਦੇ ਉੱਤੇ ਇਸ ਦੀ ਮੌਤ ਹੁੰਦੀ ਆ ਕਹਿੰਦੇ ਵੀ ਇਸ ਦੇ ਗੋਲੀ ਜਿਹੜੀ ਆ ਸੈਨ ਬਰਨਰਡੀਨੋ ਕਾਉਂਟੀ ਦੇ ਸ਼ੈਰਫ ਡੈਪਟੀਜ਼ ਦੇ ਦੁਬਾਰਾ ਜਿਹੜੀ ਉਹ ਵੱਜਦੀ ਹੈਗੀ ਆ ਸੋ ਦਾ ਪਿਓ 45 ਸਾਲਾਂ ਦਾ ਐਂਥਨੀ ਗਰਜ਼ੀਆਨੋ ਉਸ ਨੂੰ ਵੀ ਪੁਲਿਸ ਤੇ ਦੁਆਰਾ ਮਾਰ ਦਿੱਤਾ ਜਾਂਦਾ ਆ ਸੈਨ ਬਨਡਿਨੋ ਕਾਉਂਟੀ ਸ਼ੈਰਫ ਡਿਪਾਰਟਮੈਂਟ ਨੇ ਅੱਜ ਜਿਹੜੀਆਂ ਉਸ ਦੇ ਨਾਲ ਸੰਬੰਧਿਤ ਆਡੀਓ ਤੇ ਵੀਡੀਓ ਕਲਿੱਪਸ ਆ ਉਹ ਹਜਨ ਤੱਕ ਕਿਤੇ ਆ ਕਹਿੰਦੇ ਵੀ 15 ਮਿੰਟ ਦੀ ਇਸ ਵੀਡੀਓ ਨੂੰ ਉਹਨਾਂ ਨੇ ਹੈਵੀਲੀ ਪ੍ਰੋਡਿਊਸ ਕੀਤਾ ਤੇ ਨਰੇਟ ਜਿਹੜਾ ਹੋ ਕੀਤਾ ਪਬਲਿਕ ਰਿਕਾਰਡਸ ਦੀ ਰਿਕਵੈਸਟ ਕੀਤੀ ਗਈ ਸੀ ਐਸੋਸੀਏਟਿਡ ਪ੍ਰੈਸ ਆ ਤੇ ਹੋਰ ਜਿਹੜੇ ਮੀਡੀਆ ਆਊਟਲੈਟਸ ਆ ਉਹਨਾਂ ਦੇ ਦੁਆਰਾ ਅ ਡਿਪਟੀਜ਼ ਨੇ ਕਹਿੰਦੇ ਆ ਵੀ ਕੋਈ ਬਾਡੀ ਦੇ ਉੱਤੇ ਕੈਮਰਾ ਜਿਹੜਾ ਆ ਉਹ ਨਹੀਂ ਪਾਇਆ ਸੀ ਪਰ ਇਹ ਵੀਡੀਓ ਫੁਟੇਜ ਆ ਇੱਕ ਸ਼ੈਰਫ ਹੈਲੀਕਾਪਟਰ ਦੇ ਦੁਆਰਾ ਆ ਰਿਕਾਰਡ ਕੀਤੀ ਗਈ ਸੀ ਤੇ ਇੱਕ ਵਿਟਨੈਸ ਡੈਸ਼ਬੋਰਡ ਦੇ ਕੈਮਰੇ ਦੇ ਵਿੱਚ ਆ ਇਸ ਤੋਂ ਪਹਿਲਾਂ ਸਵਾਨਾ ਤੇ ਉਸਦੇ ਪਿਓ ਨੂੰ ਗੋਲੀ ਲੱਗਦੀ ਆ ਡਿਪਟੀਜ਼ ਇਸ ਬੰਦੇ ਦੇ 45 ਸਾਲਾ ਐਂਥਨੀ ਦੇ ਪਿਕਅਪ ਟਰੱਕ ਦਾ ਪਿੱਛਾ ਜਿਹੜਾ ਉਹ ਕਰਦੇ ਆ ਤਕਰੀਬਨ 70 ਮੀਲ ਤੱਕ ਹਾਈਵੇ 15 ਦੇ ਉੱਤੇ ਹੈਲੀਕਾਪਟਰ ਕ੍ਰੂ ਵੀ ਉਸ ਦਾ ਪਿੱਛਾ ਕਰ ਰਿਆ ਹੁੰਦਾ ਤੇ ਵੀਡੀਓ ਜਿਹੜੀ ਉਹ ਨਾਲ-ਨਾਲ ਬਣ ਰਹੀ ਹੁੰਦੀ ਆ ਸੋ ਉਸ ਟਾਈਮ ਦੇ ਉੱਤੇ ਬਹੁਤ ਇਹ ਚਰਚਾ ਚੱਲੀ ਸੀ ਵੀ ਕੁੜੀ ਤਾਂ ਆਪ ਸ਼ੈਰਿਫ ਤੇ ਕਹਿਣ ਦੇ ਉੱਤੇ ਉਹਨਾਂ ਦੇ ਵੱਲ ਨੂੰ ਆ ਰਹੀ ਸੀ ਪਰ ਫਿਰ ਵੀ ਉਸ ਦੇ ਬਾਵਜੂਦ ਉਸ ਨੂੰ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ ਉਸ ਦੇ ਵਿੱਚ ਇਹ ਵੀ ਸੁਣਿਆ ਜਾਂਦਾ ਵੀ ਸ਼ੈਰਿਫ ਇੱਕ ਰੌਲਾ ਵੀ ਪਾ ਰਿਹਾ ਵੀ ਇਹਦੇ ਗੋਲੀਆਂ ਜਿਹੜੀਆਂ ਉਹ ਨਾ ਮਾਰੋ ਪਰ ਫਿਰ ਵੀ ਉਸ ਤੇ ਜਿਹੜੀਆਂ ਉਹ ਗੋਲੀਆਂ ਲੱਗ ਜਾਂਦੀਆਂ ਹੈਗੀਆਂ ਵੀ ਸਟਾਪ ਸਟਾਪ ਸ਼ੂਟਿੰਗ ਐਟ ਹਰ ਹੀ ਇਜ਼ ਇਨ ਦਾ ਕਾਰ ਸਟਾਪ ਪਰ ਕਿਸੇ ਨੇ ਵੀ ਕਹਿੰਦੇ ਆ ਉਸ ਦੀ ਗੱਲ ਨਾ ਸੁਣੀ ਉਸ ਡੈਪਟੀ ਦੇ ਜਿਹੜੇ ਸ਼ਾਊਟ ਆ ਉਹ ਬ੍ਰਾਡਕਾਸਟ ਨਾ ਹੋ ਸਕੇ ਰੇਡੀਓ ਦੇ ਉੱਤੇ ਸ਼ਹਿਰ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਪਰ ਜਿਹੜੀ ਆਡੀਓ ਆ ਉੱਥੇ ਉਸ ਤੇ 벨ਟ ਰਿਕਾਰਡਰ ਦੇ ਨਾਲ ਰਿਕਾਰਡ ਹੋਈ ਸੀਗੀ ਸੋ ਬਾਅਦ ਦੇ ਵਿੱਚ ਉਹ ਅਹ ਇਹੀ ਅਫਸਰ ਜਿਹੜਾ ਉਹ ਜਿਹੜਾ ਪ੍ਰਗਟਾਇਆ ਜਾਂਦਾ ਆ ਇਸ ਸਟੇਟ ਡਿਪਾਰਟਮੈਂਟ ਆਫ ਜਸਟਿਸ ਨੇ ਇਸ ਦੀ ਇਨਵੈਸਟੀਗੇਸ਼ਨ ਕੀਤੀ ਸੀ ਕਿਉਂਕਿ ਨਿਊਜ਼ ਰਿਲੀਜ਼ ਆਈ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਕੋਈ ਕਮੈਂਟ ਇਸ ਉੱਤੇ ਨਹੀਂ ਸੀ ਕੀਤਾ ਸੋ ਸਟੇਟ ਦਾ ਲਾਇ ਕਹਿੰਦਾ ਵੀ ਤੁਹਾਨੂੰ ਇਹ ਡਿਪਾਰਟਮੈਂਟ ਨੂੰ ਇਹ ਰਿਵਿਊ ਜਿਹੜਾ ਉਹ ਕਰਨਾ ਪੈਂਦਾ ਆ ਕੋਈ ਵੀ ਆਫਸਰ ਇਨਵੋਲਡ ਸ਼ੂਟਿੰਗ ਆ ਉਸ ਦੇ ਬਾਬਤ ਹੁਣ ਇਹ ਕਨਫਰਮ ਜਿਹੜਾ ਉਹ ਹੋਇਆ ਆ ਵੀ ਇਸ ਦੀ ਜਿਹੜੀ ਮੌਤ ਆ ਉਹ ਪੁਲਿਸ ਦੀ ਗੋਲੀ ਦੇ ਨਾਲ ਸ਼ਰਫ ਦੀ ਗੋਲੀ ਦੇ ਨਾਲ ਹੀ ਹੋਈ ਸੀ ਕੈਲੀਫੋਰਨੀਆ ਦੇ ਵਿੱਚ 70 ਸਾਲ ਪੁਰਾਣੀ ਇੱਕ ਹੋਰ ਟਰਕਿੰਗ ਕੰਪਨੀ ਆ ਉਹ ਅਬਰਪਟਲੀ ਕਹਿੰਦੇ ਬੰਦ ਹੋ ਗਈ ਇੱਕਦਮ ਬੰਦ ਹੋ ਗਈ ਟੋਨੀ ਐਕਸਪ੍ਰੈਸ ਜਿਹਦੇ 200 ਤੋਂ ਵੱਧ EMPLOYES ਜਿਨ੍ਹਾਂ ਦੇ ਵਿੱਚ ਡਰਾਈਵਰਸ ਵੇਅਰ ਹਾਊਸ ਤੇ ਡਾਕ ਵਰਕਰਸ ਹੈਗੇ ਆ ਉਹ ਇਸ ਟਾਈਮ ਜੌਬ ਤੋਂ ਬਾਹਰ ਹੈਗੇ ਆ ਪਰਵਾਡ ਓਨਡ ਕੰਪਨੀ ਫੈਮਿਲੀ ਓਨ ਕੰਪਨੀ ਟੋਨੀ ਐਕਸਪ੍ਰੈਸ ਫੌਂਟਾਨਾ ਦੇ ਵਿੱਚ ਚੱਲ ਰਹੀ ਸੀ 87 ਦੇ ਕਰੀਬ ਡਰਾਈਵਰ ਸੀ 42 ਦੇ ਕਰੀਬ ਪਾਵਰ ਯੂਨਿਟਸ ਇਹਨਾਂ ਦੇ ক্লোਜ਼ਰ ਟਾਈਮ ਦੇ ਉੱਤੇ ਸੀ ਐਫਐਮ ਸੀਐਸਏ ਦਾ ਜੋ ਸੇਫਰ ਵੈਬਸਾਈਟ ਆ ਉਹਨਾਂ ਦੇ ਮੁਤਾਬਕ ਜੌਨ 올ੇ ਸੀਈਓ ਟੋਨੀ ਐਕਸਪ੍ਰੈਸ ਦੇ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਅੱਜ ਦੇ ਇਸ ਮਾਲ ਦੇ ਵਿੱਚ ਆਪਣੀ ਟਰੱਕਿੰਗ ਕੰਪਨੀ ਨੂੰ ਰਨ ਨਹੀਂ ਕਰ ਸਕਦੇ ਇਨਸ਼ੋਰੈਂਸ ਗੈਸ ਦੀਆਂ ਪ੍ਰਾਈਸਸ ਇੰਨੀਆਂ ਜ਼ਿਆਦਾ ਆ ਤੇ ਲੋਡ ਦੇ ਜਿਹੜੇ ਕੀਮਤਾਂ ਆ ਬੜੀਆਂ ਘੱਟ ਹੈਗੀਆਂ ਸੋ ਸਾਨੂੰ ਇਹ ਜਿਹੜਾ ਡਿਸੀਜਨ ਲੈਣਾ ਪਿਆ ਟੋਨੀ ਦੇ ਜਿਹੜੇ EMPLYE ਆ ਉਹ ਕਹਿੰਦੇ ਵੀ ਅਸੀਂ ਕਈ ਮਹੀਨਿਆਂ ਤੋਂ ਦੇਖ ਰਹੇ ਸੀ ਵੀ ਇਹਨਾਂ ਦੀ ਫਾਈਨੈਂਸ਼ੀਅਲ ਪ੍ਰੋਬਲਮ ਚੱਲ ਰਹੀ ਹੈਗੀ ਆ ਸਾਡੇ ਚੈੱਕ ਜਿਹੜੇ ਲੇਟ ਦਿੱਤੇ ਜਾ ਰਹੇ ਸੀ ਤੇ ਅਲਟੀਮੇਟਲੀ ਇੱਕ ਦਿਨ ਉਹਨਾਂ ਨੇ ਮੈਸੇਜ ਛੱਡਿਆ ਵੀ ਸਾਡੀ ਜਿਹੜੀ ਇੰਸ਼ੋਰੈਂਸ ਆ ਉਹ ਕੱਟ ਹੋ ਜਾਣੀ ਆ ਐਫਐਮਸੀਐਸਏ ਨੇ ਡਾਟਾ ਰੀਸੀਵ ਕੀਤਾ ਉਹ ਕਹਿੰਦੇ ਵੀ ਉਹਨਾਂ ਦੀ ਬਾਡੀ ਇਜਰੀ ਪ੍ਰੋਪਰਟੀ ਡੈਮੇਜ ਕਵਰੇਜ ਮਈ 1 ਨੂੰ ਕੈਨਸਲ ਹੋਣੀ ਸੀ ਪਰ ਹੁਣ ਉਹਨਾਂ ਨੇ ਇੱਕਦਮ ਇਹ ਕਹਿਤਾ ਵੀ ਅਸੀਂ ਕੰਪਨੀ ਨੂੰ ਸ਼ਟਡਾਊਨ ਕਰਨ ਜਾ ਰਹੇ ਹਾਂ 1954 ਦੇ ਵਿੱਚ ਇਹ ਕੰਪਨੀ ਸ਼ੁਰੂ ਹੋਈ ਸੀ ਟੋਨੀ ਐਕਸਪ੍ਰੈਸ ਤੇ ਰੀਸੈਂਟਲੀ ਇੱਕ ਜੋ ਟੋਨੀ ਰੋਲਰ ਕਰਕੇ ਆ ਆ ਪਹਿਲਾਂ ਉਹ 80 ਸਾਲਾਂ ਦਾ ਜਦੋਂ ਬਜ਼ੁਰਗ ਹੋ ਗਿਆ ਉਸਨੇ ਆਪਣੀ ਕੰਪਨੀ ਵੇਚ ਦਿੱਤੀ ਸੀ ਜੋ ਜਿਹੜਾ ਨਵਾਂ ਓਨਰ ਆ ਆਨਲੇ ਕਰਕੇ ਉਸਨੇ ਹੁਣ ਇਹ ਕੰਪਨੀ ਨੂੰ ਸ਼ਟਡਾਊਨ ਕਰ ਦਿੱਤਾ ਹੈਗਾ ਕਹਿੰਦੇ ਵੀ ਟੋਨੀ ਐਕਸਪ੍ਰੈਸ ਦੇ ਜਿਹੜੇ ਡਾਇਰੈਕਟ ਡਿਪੋਜ਼ਿਟ ਸਿਗੇ ਜਿਲੇ ਉਹਨਾਂ ਦੇ ਡਰਾਈਵਰਸ ਦੇ ਜਾਂ EMPLOYEES ਦੇ ਚੈੱਕ ਉਹ ਬੰਦ ਹੋ ਗਏ ਸੀ ਤੇ ਉਸਨੇ ਪੇਪਰ ਵਾਲੀ ਚੈੱਕ ਈਸ਼ੂ ਕਰਨੇ ਸ਼ੁਰੂ ਕੀਤੇ ਸੀਗੇ ਬਹੁਤ ਸਾਰੇ EMPLOYEES ਸਟਾਕ ਟਨ ਵਾਲੀ ਲੋਕੇਸ਼ਨ ਦੇ ਉੱਤੇ ਸੀਗੇ ਕਹਿੰਦੇ ਵੀ ਉਹ ਸਾਡੇ ਚੈੱਕ ਜਿਹੜੇ ਆ ਉਹ ਬੌਂਸ ਹੋ ਗਏ ਆ ਤੇ ਹੁਣ ਜਿਹੜੀ ਬੈਂਕ ਆ ਉਹ ਸਾਡੇ ਚੈੱਕ ਲੈ ਵੀ ਨਹੀਂ ਰਹੀ ਹੈਗੀ ਸੋ ਹੁਣ ਲੋਕ ਜਾਂ ਤਾਂ ਜੌਬ ਲੱਭ ਰਹੇ ਆ ਜਾਂ ਫਿਰ ਆਪਣੀ ਅਨਪਲਾਈਮੈਂਟ ਫਾਈਲ ਕਰ ਰਹੇ ਹੈਗੇ ਜੀ ਅੱਜ ਕੱਲ ਜਿਹੜਾ ਚੌਥਾ ਐਨੂਅਲਸ ਦਾ ਸਰਵੇ ਕੀਤਾ ਗਿਆ ਕੈਲੀਫੋਰਨੀਆ ਦੇ ਵਿੱਚ ਪਾਣੀ ਦੇ ਕਿਦਾਂ ਦੇ ਹਾਲਾਤ ਰਹਿਣਗੇ ਗਰਮੀਆਂ 'ਚ ਉਸ ਨੂੰ ਲੈ ਕੇ ਫਿਲਿਪ ਸਟੇਸ਼ਨ ਦੇ ਉੱਤੇ 1 ਨਵੰਬਰ ਨੂੰ ਕਿਤੇ ਗਿਆ ਜਿਹੜਾ ਸਨੋ ਸਰਵੇ ਬਹੁਤ ਹੀ ਅਹਿਮ ਮੰਨਿਆ ਜਾਂਦਾ ਆ ਅ ਅੱਜ ਇਹ ਜਿਹੜੇ ਸਰਵੇ ਦੇ ਵਿੱਚ ਐਵਰੇਜ ਦੇ ਨਾਲੋਂ ਐਵਰੇਜ ਸਨੋ ਪੈਕ ਦੇ ਨਾਲੋਂ ਥੋੜੀ ਵੱਧ برف ਜਿਹੜੀ ਆ ਉਸ ਦੀ ਮਿੰਤੀ ਹੋਈ ਆ 113% ਆਫ ਐਵਰੇਜ ਦੇਖਿਆ ਗਿਆ ਆ ਇਸ ਬਾਬਤ ਗਵਰਨਰ ਨਿਊਸਮ ਵੀ ਉੱਥੇ ਪਹੁੰਚੇ ਹੋਏ ਸੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਜਿਹੜੇ ਉਹਨਾਂ ਦੇ ਇੰਜੀਨੀਅਰ ਨੇ ਦੱਸਿਆ ਵੀ 64 ਇੰਚ ਦੀ 스노 ਡੈਪਥ ਜਿਸ ਦਾ ਮਤਲਬ ਆ ਵੀ 27.5 ਇੰਚ 스노 ওয়াটার ਕੰਟੈਂਟ ਜਾਂ ਕਹेलो ਵੀ 2.5 ਫੁੱਟ ਦਾ ਜਿਹੜਾ 스노 ਜਿਹੜਾ ਪਾਣੀ ਕੰਟੈਂਟ ਆ ওয়াটার ਕੰਟੈਂਟ ਆ ਉਹ ਦੇਖਿਆ ਗਿਆ ਹੈ ਗਵਰਨਰ ਨੇ ਕਿਹਾ ਵੀ ਇਹਦਾ ਮਤਲਬ ਇਹ ਆ ਵੀ ਇਸ ਸਾਲ ਅਸੀਂ ਸੁੱਖ ਦਾ ਸਾ ਲੈ ਸਕਾਂਗੇ ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਹੁਣ ਨਹਾਉਣ ਨੂੰ ਜ਼ਿਆਦਾ ਟਾਈਮ ਜਿਹੜਾ ਉਹ ਲਾਇਆ ਜਾਵੇ ਪਿਛਲੇ ਸਾਲ ਇਸ ਵਰੀ ਅ 1 ਅਪ੍ਰੈਲ ਦੀ ਜਿਹੜੀ ਸਨੋ ਸਰਵੇ ਦੇ ਵਿੱਚ 200% ਤੋਂ ਵੀ ਵੱਧ ਐਵਰੇਜ ਦੇ ਉੱਤੇ ਜਿਹੜੀ ਸਨੋ ਦੇਖੀ ਗਈ ਸੀ ਇਸ ਵਾਰ ਸਟਾਰਮਸ 노 ਡਾਊਟ ਆਏ ਆ ਪਰ ਇਨਫ ਜਿਹੜੇ ਉਹ ਪਿਛਲੇ 2 ਮਹੀਨਿਆਂ ਦੇ ਵਿੱਚ ਸਨੋ ਪੈ ਗਈ ਆ ਵੀ ਉਹ ਅਜੇ ਤੱਕ ਉੱਥੇ ਬਰਕਰਾਰ ਹੈਗੀ ਆ ਆ ਵਾਟਰ ਯਰ ਕੈਲੀਫੋਰਨੀਆ ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਮਿੰਤੀ ਉਸ ਦੀ ਸ਼ੁਰੂ ਹੁੰਦੀ ਆ ਇਸ਼ਵਰੀ ਵੀ ਅਕਤੂਬਰ ਮਹੀਨਾ ਬਿਲਕੁਲ ਬੋਨ ਡਰਾਈ ਇੱਕ ਇੱਕ ਬੂੰਦ ਵੀ ਜਿਹੜੀ ਆ ਉਹ ਸਨੋ ਜਾਂ ਬਰਫ਼ ਤੇ ਮੀਂਹ ਜਿਹੜਾ ਉਹ ਨਹੀਂ ਸੀ ਪਿਆ ਸੋ ਉਹਨਾਂ ਨੇ ਕਿਹਾ ਵੀ ਸਾਡਾ ਨਵਾਂ ਅਪਰੋਚ ਇਹੀ ਹੋਊਗੀ ਕੈਲੀਫੋਰਨੀਆ ਦੇ ਵਾਟਰ ਪਲਾਨ ਅਪਡੇਟ ਦੇ ਵਿੱਚ ਜਿਸ ਨੂੰ ਗਵਰਨਰ ਤੇ ਡੀਡਬਲਯੂਆਰ ਨੇ ਜਿੰਨਾਂ ਦੀ ਘੁੰਡ ਚਕਾਈ ਕੀਤੀ ਆ ਵੀ ਕਲਾਈਮੇਟ ਰੈਜ਼ੀਲੀਐਂਸੀ ਦੇ ਉੱਤੇ ਹੀ ਕੰਮ ਕੀਤਾ ਜਾਊਗਾ ਵਾਟਰਸ਼ੈਡ ਸਕੇਲ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਆ ਇਹਨਾਂ ਨੇ ਬੀਤੇ ਸਾਲ ਦੇ ਵਿੱਚ ਕਾਫੀ ਐਗਜ਼ੈਕਟਿਵ ਆਰਡਰ ਜਾਰੀ ਕੀਤੇ ਸੀਗੇ ਤਾਂ ਜੋ ਪਾਣੀ ਨੂੰ ਬਹਣ ਤੋਂ ਬਚਾ ਕੇ ਕਿਤੇ ਨਾ ਕਿਤੇ ਵਧ ਇਸ ਨੂੰ ਰੋਕ ਕੇ ਰੱਖਿਆ ਜਾਵੇ ਸਟੇਟ ਨੇ ਕਹਿੰਦੇ ਵੀ ਹੁਣ ਤੱਕ 9 ਮਿਲੀਅਨ ਡਾਲਰ ਪਿਛਲੇ 3 ਸਾਲਾਂ ਦੇ ਵਿੱਚ ਵੱਖ-ਵੱਖ ਵਾਟਰ ਪ੍ਰੋਜੈਕਟਸ ਦੇ ਉੱਤੇ ਖਰਚੇ ਆ ਸਾਈਟਸ ਰੈਜ਼ਰਵਾਇਰ ਪ੍ਰੋਜੈਕਟ ਜਿਸ ਨੂੰ ਕਾਫੀ ਜਿਸਤੇ ਬਾਰੇ ਚਰਚਾ ਹੁੰਦੀ ਆ ਤੇ ਡੈਲਟਾ ਕਨਵੀਐਂਸ ਦੇ ਬਾਰੇ ਚਰਚਾ ਹੁੰਦੀ ਆ ਉਸ ਵਿੱਚ ਕਹਿੰਦੇ ਆ ਵੀ ਅੱਗੇ ਕਦਮ ਵਧਾਏ ਜਾ ਸਕਦੇ ਆ ਅਗਲੀ ਖਬਰ ਸਟਾਕਟਨ ਕੈਲੀਫੋਰਨੀਆ ਤੋਂ ਆ ਰਹੀ ਆ ਜਿੱਥੇ ਕੋਸ਼ ਸਸਪੈਕਟਸ ਨੂੰ ਅਰੈਸਟ ਕੀਤਾ ਗਿਆ ਹੈ ਜਿਨ੍ਹਾਂ ਨੇ ਇੱਕ ਅੰਪਲਾਈ ਨੂੰ ਜਿਹੜਾ ਆ ਅਸਾਲਟ ਵੀ ਕੀਤਾ ਸੀ ਤੇ ਉਹ ਸਟੋਰ ਤੇ ਜਿੱਥੇ ਕੰਮ ਕਰ ਰਿਹਾ ਸੀ ਤੇ ਉੱਥੋਂ 200 ਤੋਂ ਵੱਧ ਦਾ ਸਮਾਨ ਜਿਹੜਾ ਆ ਉਹਨੂੰ ਲੈ ਕੇ ਭੱਜ ਵੀ ਗਏ ਸੀ ਇਹ ਮਾਰਚ 24 ਦੀ ਗੱਲ ਆ ਸਰਮਈ ਸਰਮਈਕੀਨ ਕਾਉਂਟੀ ਰੇਸ਼ਰਫ ਆਫਿਸ ਵੱਲੋਂ ਕਹਿੰਦੇ ਦੋ ਬੰਦੇ ਤੇ ਇੱਕ ਬੀਬੀ ਡਾਲਰ ਜਨਰਲ ਸਟੋਰ ਦੇ ਵਿੱਚ ਐਂਟਰ ਹੋਈ ਜੋ ਈਸਟ ਮੇਨ ਸਟਰੀਟ ਸਟਾਕਟਨ ਦੇ ਵਿੱਚ ਆ ਤੇ 200 ਤੋਂ ਵੱਧ ਦਾ ਸਾਮਾਨ ਚੱਕਿਆ ਤੇ ਚੁੱਪ ਕਰਕੇ ਤੁਰ ਗਏ ਜਦੋਂ ਇੱਕ EMPLOYE ਬਾਹਰ ਆਇਆ ਕਿ ਭਈ ਤੁਸੀਂ ਸਾਡਾ ਸਮਾਨ ਚੱਕ ਕੇ ਚਲ ਗਏ ਆ ਤੇ ਉਸ ਨੂੰ ਕਹਿੰਦੇ ਅਸਾਲਟ ਕੀਤਾ ਗਿਆ ਪਰ ਉਸ EMPLYEE ਨੇ ਉਹਨਾਂ ਦੀ ਗੱਡੀ ਦਾ ਜਿਹੜਾ ਲਾਇਸੈਂਸ ਪਲੇਟ ਨੰਬਰ ਲੈ ਲਿਆ ਤੇ ਬਾਅਦ ਦੇ ਵਿੱਚ ਪੁਲਿਸ ਨੂੰ ਕਾਲ ਕਰਕੇ ਦੱਸਤਾ ਤੇ ਪੁਲਿਸ ਵਾਲਿਆਂ ਨੇ ਉਹ ਜਦੋਂ ਗੱਡੀ ਫੜ ਲਈ ਤੇ ਉਸ ਤੋਂ ਬਾਅਦ ਜੋ ਉਹ ਸਸਪੈਕਟ ਸੀ ਉਹਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ ਤਿੰਨਾਂ ਨੂੰ ਤਿੰਨਾਂ ਦੇ ਵਿੱਚ ਦੋ ਜਾਣੇ ਆਲਰੇਡੀ ਪ੍ਰੋਵੀਸ਼ਨ ਦੇ ਉੱਤੇ ਸੀਗੇ ਜੀ ਇਕ ਮੰਦਭਾਗੀ ਖਬਰ ਆ ਰਹੀ ਹੈ ਟ੍ਰੇਸੀ ਦੇ ਵਿੱਚ ਇੱਕ ਰੋਂਗ ਵੇ ਕ੍ਰੈਸ਼ ਦੇ ਵਿੱਚ ਦੋ ਜਾਣਿਆਂ ਦੀ ਮੌਤ ਜਿਹੜੀ ਹੋਈ ਹੈ ਜਿਸ ਵਿੱਚ ਦੋ ਮਹੀਨੇ ਦਾ ਇੱਕ ਨਵਜੰਮਿਆ ਬੱਚਾ ਵੀ ਸ਼ਾਮਲ ਸੀਗਾ ਇਹ ਐਤਵਾਰ ਨੂੰ ਮੰਦਭਾਗੀ ਘਟਨਾ ਵਾਪਰੀ ਆ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਸ ਬਾਰੇ ਦੱਸਿਆ ਤੜਕੇ ਸਵੇਰੇ 2 ਵਜੇ ਇਹ ਘਟਨਾ ਵਾਪਰੀ ਹੈ ਜਿੱਥੇ Honda Accord ਜੋ ਕਿ ਗਲਤ ਪਾਸੇੋਂ आरसी वेस्ट की वेस्टबाउंड 580 ਦੇ ਉੱਤੇ ਕੈਰੋਲ ਹੈਲੋ ਰੋਡ ਦੇ ਉੱਤੇ ਉੱਥੇ ਹੈਡ-ਆਨ ਕ੍ਰੈਸ਼ ਹੋਇਆ ਇਸਦੀ ਕੀਆ ਦੀ ਐਸਯੂਵੀ ਦੇ ਨਾਲ ਤੇ ਦੋਨੋਂ ਹੀ ਗੱਡੀਆਂ ਜਿਹੜੀਆਂ ਆ ਉਹੋ ਪਲਟ ਗਈਆਂ Honda ਦਾ ਗੱਡੀ ਦਾ ਡਰਾਈਵਰ ਉਸ ਨੂੰ ਆਇਡੈਂਟੀਫਾਈ ਕੀਤਾ ਗਿਆ ਹੈ ਹੈਰੋਲਡ ਲਿਬਰਟੀ 4 19 ਸਾਲਾਂ ਦਾ ਐਂਟੀਓਕ ਦਾ ਜਿਹੜਾ ਉਹ ਰਹਿਣ ਵਾਲਾ ਸੀ ਜੋ ਕਿ ਹਾਦਸਾ ਇੰਨੀ ਜ਼ੋਰ ਦੀ ਟੱਕਰ ਹੋਈ ਆ ਵੀ ਉਹ ਵਿੱਚੋਂ ਗੱਡੀ ਦੇ ਇਜੈਕਟ ਜਿਹੜਾ ਉਹ ਹੋ ਗਿਆ ਸੈਂਟਰ ਮੀਡੀਅਨ ਦੇ ਵਿੱਚ ਜਾ ਕੇ ਵਜਾ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸੀਐਸਪੀ ਨੇ ਦੱਸਿਆ ਅਜ਼ਕੈਨਾ ਪੈਰਿਸ 32 ਸਾਲਾਂ ਦੀ ਔਰਤ ਜੋ ਕਿ ਫੋਰਟ ਬ੍ਰੈਕ ਤੋਂ ਸੀਗੀ ਉਹ ਕੀਆ ਗੱਡੀ ਜਿਹੜੀ ਉਹ ਚਲਾ ਰਹੀ ਸੀ ਤੇ ਉਸ ਨੂੰ ਬਾਅਦ ਚ ਸੈਨਮਕੀਨ ਜਨਰਲ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਹ ਵੀ ਆਪਣੀ ਸੱਟਾਂ ਦੀ ਤਾਬਨਾ ਚੱਲਦੀ ਹੋਈ ਉਸ ਦੀ ਮੌਤ ਹੋਈ। ਅਧਿਕਾਰੀਆਂ ਨੇ ਦੱਸਿਆ ਵੀ ਇਹਨਾਂ ਦੋ ਜਾਨਾਂ ਤੋਂ ਇਲਾਵਾ ਦੋ ਮਹੀਨਿਆਂ ਦੀ ਇੱਕ ਬੱਚੀ ਉਸ ਦੀ ਵੀ ਇੱਥੇ ਹੀ ਮੌਤ ਹੋ ਗਈ 35 ਸਾਲਾਂ ਦਾ ਇੱਕ ਹੋਰ ਬੰਦਾ ਤੇ 4 ਸਾਲਾਂ ਦਾ ਮੁੰਡਾ ਉਸ ਦੇ ਵੀ ਇਸ ਟੱਕਰ ਦੇ ਵਿੱਚ ਸੱਟਾਂ ਲੱਗੀਆਂ ਅਗਲੀ ਖਬਰ ਵਾਲਾ ਇਹ ਤੇ ਬੇਰੀਏ ਦੇ ਕਈ ਜਿਹੜੇ ਵੱਡੇ ਸਟੋਰ ਆ ਜਿਨ੍ਹਾਂ ਦੇ ਵਿੱਚ ਸੇਫਵੇ ਟਾਰਗੇਟ ਆ ਉਹ ਕਹਿੰਦੇ ਵੀ ਕਸਟਮਰਸ ਨੂੰ ਓਵਰਚਾਰਜ ਕਰ ਰਹੇ ਹੈਗੇ ਆ ਇਸ ਦੀ ਹੁਣ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈਗੀ ਆ ਇਨਸਪੈਕਸ਼ਨ ਰਿਪੋਰਟਸ ਜੋ ਆਈਆਂ ਮਰੇਨ ਕਾਉਂਟੀ ਡਿਪਾਰਟਮੈਂਟ ਆਫ ਐਗਰੀਕਲਚਰ ਵੱਲੋਂ weights and measures customer overpaid ਕਹਿੰਦੇ ਫੂਡ ਡਰਿੰਕ ਤੇ ਪਰਸਨਲ ਕੇਅਰ ਪ੍ਰੋਡਕਟਸ ਦੇ ਲਈ 2023 ਤੇ ਹੁਣ ਸ਼ੁਰੂਆਤ 2024 ਦੇ ਵਿੱਚ ਵੀ ਸੇਫਵੇ ਜਿਹੜਾ ਕਿ 900 W avenue nawato ਦੇ ਵਿੱਚ ਹੈਗਾ ਆ ਉਹਨਾਂ ਨੇ ਵੀ ਕਹਿੰਦੇ ਭਈ ਐਕਸਟਰਾ ਪੈਸੇ ਜਿਹੜੇ ਆ ਚਾਰਜ ਕੀਤੇ ਹੈਗੇ ਆ ਟਾਰਗੇਟ ਜੋ 200 200 ਵਿਂਟੇਜ ਵੇ ਦੇ ਉੱਤੇ ਹੈਗਾ ਉਹਨਾਂ ਨੇ ਕੋਕਟੇਲ ਮਿਕਸਰਸ ਕੰਟੇਨਰਸ ਦੇ ਉੱਤੇ ਜੋ ਐਕਸਟਰਾ ਮਨੀ ਆ ਚਾਰਜ ਕੀਤਾ ਹੈਗਾ 2014 ਦੇ ਵਿੱਚ ਸੇਫੇ ਮੰਨਿਆ ਸੀ ਵੀ ਅਸੀਂ 2.25 ਮਿਲੀਅਨ ਡਾਲਰ ਦੀ ਸੈਟਲਮੈਂਟ ਕਰਨ ਜਾ ਰਹੇ ਹਾਂ ਜਦੋਂ ਬਹੁਤ ਸਾਰੀਆਂ ਕੰਟਰੀਜ਼ ਨੇ ਉਹਨਾਂ ਨੂੰ ਓਵਰਚਾਰਜਿੰਗ ਜੋ ਕਸਟਮਰਜ਼ ਨੂੰ ਕਰ ਰਹੇ ਸੀ ਉਹਦੇ ਲਈ ਅਕਿਊਜ਼ ਕੀਤਾ ਸੀ ਟਾਰਗੇਟ ਨੇ 4 ਮਿਲੀਅਨ ਡਾਲਰ ਦੀਆਂ ਸਿਵਲ ਪੈਨਲਟੀਆਂ ਪਿਛਲੇ ਸਮੇਂ ਦੇ ਵਿੱਚ ਦਿੱਤੀਆਂ ਸੀ ਜਦੋਂ ਉਹਨਾਂ ਨੂੰ ਅਕਿਊਜ਼ ਕੀਤਾ ਗਿਆ ਸੀ ਸੋ ਕਹਿੰਦੇ ਭਈ ਟਾਰਗੇਟ ਤੇ ਸੇਫੇ ਦੇ ਫਾਈਨ 150 ਤੋਂ ਲੈ ਕੇ 700 ਡਾਲਰ ਤੱਕ বার ইনসিডেন্ট ਹੋਣਗੇ ਜੇ ਇਹ ਸਾਰਾ ਕੁਝ ਇੱਕ ਵਾਰੀ ਫੇਰ ਕਨਫਰਮ ਹੋ ਜਾਂਦਾ ਹੈਗਾ ਜੀ ਅਗਲੀ ਗੱਲ ਕਰੀਏ ਮਰੀਨ ਕੋਲਸ ਦੀ ਇੱਕ ਬੇਸ ਦੇ ਵਿੱਚ ਮਿਲਟਰੀ ਬੇਸ ਦੇ ਵਿੱਚ ਇੱਕ ਚਾਈਨੀਜ਼ ਇਲਿਗਲ ਇਮੀਗਰੈਂਟਾ ਉਹ ਦਾਖਲ ਹੋ ਗਿਆ ਆ ਉਸ ਨੂੰ ਬਾਰ ਬਾਰ ਕਹਿਣ ਦੇ ਉੱਤੇ ਉਹ ਉੱਥੋਂ ਨਹੀਂ ਸੀ ਜਾ ਰਿਹਾ ਤੇ ਫਿਰ ਉਸ ਨੂੰ ਇਵੈਂਚੁਅਲੀ ਗ੍ਰਿਫਤਾਰ ਕਰ ਲਿਆ ਗਿਆ ਬਾਰਡਰ ਪੈਟਰੋਲ ਅਲ ਸੈਂਟਰੋ ਸੈਕਟਰ ਦੇ ਜਿਹੜੇ ਚੀਫ ਪੈਟਰੋਲ ਏਜੰਟ ਜਾਰਜਰੀ ਬੋਵੀਨੋ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਇੱਕ ਚਾਈਨੀਜ਼ ਨੈਸ਼ਨਲ ਆ ਦੇ ਬੰਦੇ ਦੇ ਬਾਰੇ ਸਾਨੂੰ ਬੇਸ ਤੋਂ ਜਿਹੜੀ ਉਹ ਕਾਲ ਆਈ ਹੈ ਜੋ ਕਿ ਵਿਦਾਊਟ ਆਥਰਾਇਜ਼ੇਸ਼ਨ ਉਥੇ ਵੜ ਗਿਆ ਸੀਗਾ ਯੂਐਸ ਮਰੀਨ ਕੋਪਸ ਟ੍ਰੇਨਿੰਗ ਤੇ ਐਜੂਕੇਸ਼ਨ ਕਮਾਂਡ ਨੇ ਜਿਹੜੀ ਉਹ ਗੱਲਬਾਤ ਕਰਦੇ ਹੋਏ ਕਿਹਾ ਵੀ ਇਸ ਬੰਦੇ ਨੇ ਜਿਹੜੇ ਅਟੈਂਪਟ ਕੀਤੇ ਮਰੀਨ ਕੋਪਸ 에ਅਰ ਗਰਾਉਂਡ ਨੂੰ ਐਕਸੈਸ ਕਰਨ ਦੇ ਲਈ 29 ਪਾਲਮਸ ਕੈਲੀਫੋਰਨੀਆ ਦੇ ਵਿੱਚ ਇਹਨਾਂ ਦਾ ਇਹ ਬੇਸ ਸਥਿਤ ਹੈਗਾ ਜਿੱਥੇ ਇਸ ਨੇ ਵੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀਗੀ ਫਿਰ ਉਸ ਤੋਂ ਬਾਅਦ ਵਿੱਚ ਸੀਬੀਪੀ ਦੇ ਨਾਲ ਕੰਟੈਕਟ ਕਰਕੇ ਇਸ ਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਹੈਗਾ ਸੋ ਹੀ ਆਲਰੇਡੀ ਅਮਰੀਕਾ ਦੇ ਵਿੱਚ ਇਲੀਗਲੀ ਪ੍ਰੈਜ਼ੈਂਟ ਸੀਗਾ ਤੇ ਹੁਣ ਕਿੰਦੇ ਦੇਖਿਆ ਜਾਊਗਾ ਵੀ ਕੀ ਇਸ ਨੂੰ ਹੁਣ ਅੱਗੇ ਡਿਪੋਰਟ ਕੀਤਾ ਜਾਣਾ ਆ ਜਾਂ ਅੱਗੇ ਇਸ ਦੀ ਅੱਗੇ ਕੀ ਕਾਰਵਾਈ ਜਿਹੜੀ ਹੋਊਗੀ ਹੁਣ ਤੱਕ ਚਾਈਨੀਜ਼ ਮੂਲ ਦੇ ਲੋਕ ਸਦਨ ਬਾਰਡਰ ਥਾਣੀ 1 ਅਕਤੂਬਰ ਤੋਂ ਵੱਡੀ ਮਾਤਰਾ ਦੇ ਵਿੱਚ ਦਾਖਲ ਹੋ ਰਹੇ ਆ ਇਹ ਆંકડા ਇਸ ਸਾਲ ਦੇ ਵਿੱਚ ਆਲਰੇਡੀ 22000 ਨੂੰ ਪਾਰ ਕਰ ਗਿਆ ਆ ਇਹ ਬਹੁਤ ਵੱਡਾ ਇਨਕਰੀਸ ਆ ਪਿਛਲੇ ਸਾਲ ਪਿਛਲੇ ਫਿਸਕਲ ਈਅਰ ਦੇ ਵਿੱਚ ਮਹਿਜ 2176 ਇਨਕਾਊਂਟਰ ਹੋਏ ਸੀ ਉਸ ਤੋਂ ਪਿਛਲੇ ਸਾਲ ਚ 450 ਤੇ ਇਸ ਸਾਲ ਦੇ ਵਿੱਚ 1 ਅਕਤੂਬਰ ਤੋਂ ਅਜੇ ਆਪਾਂ April ਦੇ ਵਿੱਚ ਸ਼ੁਰੂਆਤ ਕੀਤੀ ਆ ਜੇ 22000 ਚਾਈਨੀਜ਼ ਮੂਲ ਦੇ ਜਿਹੜੇ ਲੋਕ ਆ ਉਹ ਸਦਰਨ ਬਾਰਡਰ ਦੇ ਉੱਤੇ ਇਨਕਾਊਂਟਰ ਉਹਨਾਂ ਦਾ ਇਨਕਾਊਂਟਰ ਟੁਪਾਵ ਵੀ ਉਹ ਸੀਬੀਪੀ ਦੇ ਹੱਥੇ ਜਿਹੜੇ ਉਹ ਲੱਗੇ ਆ ਜਾਂ ਉਹਨਾਂ ਦੇ ਦਾਅ ਦੇ ਵਿੱਚ ਆਏ ਆ 150 ਤੋਂ ਵੱਧ ਮੁਲਕਾਂ ਦੇ ਲੋਕ ਸਦਰਨ ਬਾਰਡਰ ਤੋਂ ਲਗਾਤਾਰ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਆ ਆ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ ਤੇ ਜੇ ਇਕਨੋਮੀ ਦੀ ਜਾਂ ਰੀਅਲ ਸਟੇਟ ਦੀ ਮੈਂ ਗੱਲ ਕਰਦਾ ਜਾਵਾਂ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਹਜੇ ਵੀ ਜਿਹੜੇ ਘਰ ਆ ਬਹੁਤ ਘੱਟ ਬਣ ਰਹੇ ਆ ਇਦੇ ਨਾਲ ਸਟੇਟ ਦੇ ਵਿੱਚ ਕੈਲੀਫੋਰਨੀਆ 'ਚ ਰਹਿਣਾ ਹੋਰ ਵੀ ਮੁਸ਼ਕਲ ਹੋਣ ਜਾ ਰਿਹਾ ਹੈਗਾ ਯੂਐਸ ਸੈਂਸਸ ਵਿਰੋ ਨੇ ਇਹ ਕਿਹਾ ਕਿ ਜਿਹੜੇ ਬਿਲਡਿੰਗ ਪਰਮਿਟਸ ਫਾਰ ਨਿਊ ਹੋਮਸ 12% 2023 'ਚ ਘਟੇ ਹੈਗੇ ਆ ਤੇ ਪਹਿਲੇ ਸਾਲ 7% ਜਿਹੜੇ ਘਟੇ ਸੀਗੇ ਸੋ ਮਾਰਕੀਟ ਉਸ ਹਿਸਾਬ ਦੇ ਨਾਲ ਕਾਫੀ ਸਲੋ ਚੱਲ ਰਹੀ ਆ ਹਾਊਸਿੰਗ ਜਿਹੜੀ ਅਫੋਰਟੇਬਿਲਟੀ ਆ ਉਹ ਪੂਰੀ ਤਰ੍ਹਾਂ ਕਲਾਪਸ ਕਰ ਗਈ ਆ ਕੈਲੀਫੋਰਨੀਆ 'ਚ ਇਹ ਇਕਨੋਮਿਸਟ ਕਹਿ ਰਹੇ ਹੈਗੇ ਆ ਕਹਿੰਦੇ ਭਈ ਜੇ ਕਿਸੇ ਨੇ ਘਰ ਖਰੀਦਣਾ ਉਹਨਾਂ ਨੂੰ ਘੱਟੋ ਘੱਟ 113520 ਡਾਲਰ ਇੱਕ ਸਾਲ ਦਾ ਬਣਾਉਣਾ ਪਊਗਾ ਐਨਿਉਅਲੀ ਇੱਕ ਐਵਰੇਜ ਹੈਗਾ ਤੇ ਜੇ ਬੀਅਰੀਏ ਚ ਆ ਫਿਰ ਤਾਂ ਬਹੁਤ ਜ਼ਿਆਦੇ ਆ ਕਈ ਏਰੀਏ ਚ ਥੋੜੇ ਜਿਹੇ ਘਰ ਉਹ ਸਸਤੇ ਹੈਗੇ ਆ ਪਰ ਓਵਰ ਆਲ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੈਡ ਆ ਜੈਨ ਲਾਉ ਕਰਕੇ ਸੀਨੀਅਰ ਇਕਨੋਮਿਸਟ ਰੈਡਫਿੰਡ ਤੇ ਹੈਗੇ ਆ ਉਹਨਾਂ ਨੇ ਕਿਹਾ ਵੀ ਸਿンス ਦਾ ਪੈਨਡੈਮਿਕ ਅਫੋਰਡੇਬਿਲਟੀ ਹੈਸ ਜਸ ਟੋਟਲੀ ਕਲਾਪਸਡ ਆ ਕਹਿੰਦੇ ਵੀ ਲੋਕਾਂ ਲਈ ਹੁਣ ਘਰ ਅਫੋਰਡ ਕਰਨਾ ਬਹੁਤ ਔਖਾ ਹੋ ਗਿਆ ਹੈ ਜੀ ਦੰਨ ਜੀ ਨੇ ਮਾਰਕੀਟ ਦੀ ਗੱਲ ਕਰਦੇ ਜਾਈਏ ਡਾਉ ਜੋਨ ਦੇ ਵਿੱਚ ਗਰਾਵਟ ਦਰਜ ਕੀਤੀ ਗਈ 397 ਪੁਆਇੰਟਾਂ ਦੀ 39170 ਤੇ ਬੰਦ ਹੋਇਆ ਐਸ ਐਨ ਪੀ 38 ਪੁਆਇੰਟ ਘਟ ਕੇ 5206 ਤੇ ਨੈਸਟੈਕ 100 ਸਪੰਜਾ ਪੁਆਇੰਟ ਕੱਟ ਕੇ 16240 ਤੇ ਬੰਦ ਹੋਇਆ ਸੋਨੇ ਦਾ ਭਾਅ 2300 6 ਡਾਲਰ ਪ੍ਰਤੀ ਆਉਂਸ ਕੱਚੇ ਤੇਲ ਦੀ ਕੀਮਤ 85 ਡਾਲਰ ਪ੍ਰਤੀ ਬੈਰਲ 10 ਇਅਰ ੀਲਡ 4.35% ਦੇ ਉੱਤੇ ਰਹੀ ਆ ਕ੍ਰਿਪਟੋ ਕਰੰਸੀ ਚ ਬਿਟਕੋਇਨ 65399 ਤੇ以ਥੀਰੀਅਮ 3200 ਤੇ 72 ਯੂਐਸ ਡਾਲਰ ਦੇ ਬਰਾਬਰ ਚੱਲ ਰਿਹਾ ਹੈ ਇੱਕ ਯੂ ਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 36 ਪੈਸੇ ਰਹੇ ਆ ਇੱਕ ਯੂ ਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 86 ਪੈਸੇ ਤੇ ਇੱਕ ਯੂ ਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 35 ਸੈਂਟ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕੰਬੀ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ ਦੱਸ ਚੁੱਕੇ ਜਾਈਏ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜੀ ਸਿੱਖ ਪਰੇਡ ਹੋ ਰਹੀ ਆ 6 ਅਪ੍ਰੈਲ ਨੂੰ ਉਥੇ ਪੰਜਾਬੀ ਡੀ ਯੂ ਐਸ ਏ ਦੀ ਟੀਮ ਪਹੁੰਚ ਰਹੀ ਆ ਉਥੇ ਅਸੀਂ ਹੋਵਾਂਗੇ ਤੇ ਆ ਉਸ ਸਿੱਖ ਪਰੇਡ ਦੀ ਜਿਹੜੀ ਕਵਰੇਜ ਆ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸੋਸ਼ਲ ਮੀਡੀਆ ਚੈਨਲਸ ਦੇ ਉੱਤੇ ਵੀ ਜਿਹੜੇ ਦੇਖੋਗੇ ਤੇ ਜਿਹੜੇ ਵੀ ਸਾਡੇ ਕੋਈ ਆ ਪਸੰਦ ਕਰਨ ਵਾਲੇ ਪੰਜਾਬੀ ਰੇਡੀਓ ਯੂਐਸਏ ਨੂੰ ਆ ਕੇ ਮਿਲ ਵੀ ਸਕਦੇ ਆ ਤੇ ਨਾਲ ਦੇ ਨਾਲ ਜੀ ਇਸੇ ਤਰ੍ਹਾਂ ਟ੍ਰੇਸੀ ਦੇ ਵਿੱਚ ਸ਼ਨੀਵਾਰ ਤੇ ਐਤਵਾਰ ਦੋਨੋਂ ਦਿਨ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਗੁਰਦੁਆਰਾ ਗੋਨانک ਪ੍ਰਕਾਸ਼ ਜਿਹੜਾ ਹੈਗਾ ਉੱਥੇ ਹੋਵੇਗੀ ਕਿਉਂਕਿ ਉੱਥੇ ਨਗਰ ਕੀਰਤਨ ਵੀ ਆ ਪਹਿਲਾਂ ਗੇਮਾਂ ਵੀ ਆ ਆ ਉਸ ਤੋਂ ਬਾਅਦ ਸਿਲਮੇ ਦੇ ਵਿੱਚ ਵੀ ਸੌਰੀ ਫੋਲਡਰ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਆ ਉੱਥੇ ਵੀ ਗੇਮਾਂ ਹੈਗੀਆਂ ਇਸ ਵੀਕਐਂਡ ਦੇ ਦੌਰਾਨ ਉੱਥੇ ਵੀ ਆਪਣੀ ਟੀਮ ਦੇ ਕੁਝ ਮੈਂਬਰ ਹੋਣਗੇ ਜੀ ਸੋ ਕਾਫੀ ਪ੍ਰੋਗਰਾਮ ਚੱਲ ਰਹੇ ਆ ਸੋ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਅਸੀਂ ਕਰਨ ਦੀ ਵੱਤ ਉਹ ठाਵਾਂ ਦੇ ਉੱਤੇ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ ਤੇ ਕਵਰੇਜ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ ਤੇ ਇਸੇ ਤਰ੍ਹਾਂ ਜਾਂਦੇ ਜਾਂਦੇ ਜਿੰਨੇ ਵੀ ਸਾਡੇ ਸਰੋਤੇ ਬੇਰੀਏ ਦੇ ਵਿੱਚ ਹੈਗੇ ਆ ਕੈਲੀਫੋਰਨੀਆ ਦਾ ਬੇਰੀਏ ਦਾ ਸਭ ਤੋਂ ਵੱਡਾ ਸਟੇਸ਼ਨ ਜਿਹੜਾ 50000 ਬਾਟ ਦਾ ਹੈ ਜਿਹਦੇ ਉੱਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਸੁਣਦੇ ਹੋ 1170 ਐਮ ਉਹ ਜ਼ਰੂਰ ਤੁਸੀਂ ਕਾਲ ਕਰੋ ਸਿਰਫ ਆਪਣਾ ਨਾਮ ਤੇ ਫੋਨ ਨੰਬਰ ਹੀ ਦੱਸਣਾ ਹੈ ਕਿਹੜੇ ਟਾਊਨ ਦੇ ਵਿੱਚ ਤੁਸੀਂ 1170 AM ਸੁਣ ਰਹੇ ਹੋ ਤੇ ਕਾਫੀ ਜ਼ਿਆਦਾ ਇਨਾਮ ਕੱਢਣੇ ਆ ਰੈਫਲ ਕੱਢਣੇ ਹੈਗੇ ਆ ਇੱਕ ਦੋ ਦਿਨਾਂ ਵਿੱਚ ਕੱਢਾਂਗੇ ਆਪਾਂ ਤੇ ਜ਼ਰੂਰ ਤੁਸੀਂ 408 272 5200 ਤੇ ਕਾਲ ਕਰਕੇ ਦੱਸ ਸਕਦੇ ਹੋ ਤੇ ਨਾਲ ਦੀ ਨਾਲ ਆਪਣੇ ਜਿੰਨੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਸਾਰੇ ਜਿਹੜੇ ਰਹਿੰਦੇ ਹੈਗੇ ਆ ਉਹਨਾਂ ਨੂੰ ਦੱਸੋ ਜਦੋਂ ਵੀ ਕਾਰਜ ਜਾਂਦੇ ਆ ਘਰਾਂ ਦੇ ਵਿੱਚ ਹੈਗੇ ਆ ਪੰਜਾਬੀ ਰੇਡੀਓ ਯੂ ਐਸ ਏ 24 ਘੰਟੇ ਲਗਾਤਾਰ ਪ੍ਰੋਗਰਾਮ ਚੱਲਦੇ ਆ ਵੱਖ-ਵੱਖ ਪ੍ਰੋਗਰਾਮ ਤੇ ਸਾਰੇ ਪ੍ਰੋਗਰਾਮ ਸੁਣ ਸਕਦੇ ਆ